ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲਾ ਬੈਕਗਰਾਉਂਡ ਦੇਖ ਕੇ ਸੰਗਤਾਂ ਨੂੰ ਕਾਫੀ ਕੁਝ ਚੇਤੇ ਆ ਗਿਆ ਹੋਵੇਗਾ ਇਹ ਉਹੀ ਬੈਕਗਰਾਉਂਡ ਹੈ ਜਿਹੜਾ ਦਿੱਲੀ ਦੇ ਪੰਜਾਬੀ ਬਾਗ ਸਿੱਖਾਂ ਦੇ ਗੜ੍ਹ ਦੇ ਵਿੱਚ ਜਿੱਥੇ ਸਿੱਖਾਂ ਦੇ ਮਹਾਨ ਲੀਡਰ ਰਹਿੰਦੇ ਨੇ ਉਸ ਗੜ੍ਹ ਵਿੱਚ ਜਦੋਂ ਇੱਕ ਪਾਰਕ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮਾਡਲ ਤਿਆਰ ਕੀਤਾ ਜਾ ਰਹੀ 골ਡਨ ਟੈਂਪਲ ਦਾ ਮਗਰ ਸੋਚਣ ਵਾਲੀ ਗੱਲ ਹੈ ਵੀ ਜਿਹੜੇ ਲੀਡਰਾਂ ਦੇ ਨੱਕ ਦੇ ਥੱਲੇ ਆ ਕੰਮ ਹੋ ਰਿਹਾ ਸੀ ਉਹਨਾਂ ਨੂੰ ਨਜ਼ਰ ਹੀ ਨਹੀਂ ਆਇਆ ਕਿ ਉਹਨਾਂ ਦੇ ਘਰ ਦੇ 100 ਕਦਮ ਦੀ ਦੂਰੀ ਦੇ ਉੱਤੇ ਇੰਨਾ ਵੱਡਾ ਇੱਕ ਗੋਲਡਨ ਟੈਂਪਲ ਦਾ ਮਾਡਲ ਤਿਆਰ ਕੀਤਾ ਜਾ ਰਿਹਾ ਇੱਕ ਪਾਰਕ ਦੇ ਵਿੱਚ ਜਿੱਥੇ ਕਿ ਪਾਰਕ ਦੇ ਵਿੱਚ ਕੁੜੀਆਂ ਮੁੰਡੇ ਵੀ ਆਣਗੇ ਫੋਟੋਆਂ ਵੀ ਖਿੱਚਣੇ ਦਰਬਾਰ ਸਾਹਿਬ ਦੀ ਪੂਰੀ ਬੇਦਵੀ ਕਰਨ ਦਾ ਪਲਾਨ ਤਿਆਰ ਕਰ ਲਿੱਤਾ ਗਿਆ ਸੀ ਉਹ ਵੀ ਕਿੱਥੇ ਜਿੱਥੇ ਸਿੱਖਾਂ ਦੇ ਦਿੱਲੀ ਦੇ ਮਹਾਨ ਲੀਡਰ ਹਨ ਖੈਰ ਇਹਦੀ ਖਬਰ ਸਾਨੂੰ ਮਿਲੀ ਸੰਗਤ ਚੰਗੀ ਤਰ੍ਹਾਂ ਜਾਣਦੀ ਕਿ ਇਸ ਦਾ ਸਭ ਤੋਂ ਪਹਿਲਾਂ ਵੀਡੀਓ ਸਾਡੇ ਵੱਲੋਂ ਅਪਲੋਡ ਕੀਤੀ ਗਈ ਔਰ ਉਸ ਵੀਡੀਓ ਦੇ ਬਾਅਦ ਵਿਰੋਧ ਜਾਰੀ ਕੀਤਾ ਗਿਆ ਦਿੱਲੀ ਦੇ ਲੀਡਰਾਂ ਦੀ ਨੀਂਦ ਖੋਲਣ ਵਾਸਤੇ ਉਸ ਵੀਡੀਓ ਨੂੰ ਪਾਇਆ ਗਿਆ ਤੇ ਨੀਂਦ ਖੁੱਲੀ ਤੇ ਉਸ ਤੋਂ ਬਾਅਦ ਉਸ ਦਰਬਾਰ ਸਾਹਿਬ ਦੇ ਮਾਡਲ ਨੂੰ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਟੜਵਾ ਦਿੱਤਾ ਗਿਆ ਕਈ ਇਸ ਤਰ੍ਹਾਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਈ ਵਾਰ ਹਾਦਸੇ ਹੋਏ ਤਿਲਕਨਗਰ ਅਸ਼ੋਕਨਗਰ ਜਿਹੜਾ ਏਰੀਆ ਪੈਂਦਾ ਉੱਥੇ ਮਹੰਗਾ ਸਵੀਟ ਨੇ ਇੱਕ ਵਾਰੀ ਬਾਕਸ ਦੇ ਉੱਤੇ ਮਠਾਈ ਦੇ ਡੱਬਿਆਂ ਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਲਗਾਤੀ ਔਰ ਉਹ ਦਰਬਾਰ ਸਾਹਿਬ ਦੇ ਡੱਬੇ ਫੋਟੋ ਵਾਲੇ ਕੂੜੇ ਦੇ ਢੇਰਾਂ ਦੇ ਵਿੱਚ ਨਜ਼ਰ ਆਨੇ ਸ਼ੁਰੂ ਹੋ ਗਏ ਮਗਰ ਇੱਥੇ ਮੈਂ ਮੋਂਗਾ ਸਵੀਟ ਦੀ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਜਦੋਂ ਅਸੀਂ ਉਹਨਾਂ ਨੂੰ ਫੋਨ ਕੀਤਾ ਇਸ ਬਾਬਤ ਉਹਨਾਂ ਨੇ ਸਾਰੇ ਡੱਬੇ ਇੱਕ ਜਗ੍ਹਾ ਇਕੱਠੇ ਕਰਕੇ ਉਹਦਾ ਸੰਸਕਾਰ ਕਰਕੇ ਉਹਦੀ ਰਾਖ ਵੀ ਜਲ ਪ੍ਰਵਾਹ ਕਰ ਦਿੱਤੀ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਆਸ਼ਰਮ ਦੇ ਲਾਗੇ ਇੱਕ ਅੰਡਰਪਾਸ ਬਣਦਾ ਪਿਆ ਸੀ ਜਿੱਥੇ ਬਹੁਤ ਵੱਡੀ ਪੇਂਟਿੰਗ ਮਨਾਈ ਸਰਜੀ ਸੀ ਜਿੱਥੇ ਕੀ ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰ ਦਿੱਤਾ ਗਿਆ ਸਾਊਥ ਦਿੱਲੀ ਦੇ ਸਿੰਘਾਂ ਨੇ ਇੱਕ ਮੋਰਚਾ ਲਾਇਆ ਔਰ ਉਸ ਦਰਬਾਰ ਸਾਹਿਬ ਦੇ ਮਾਡਲ ਤੇ ਰੰਗ ਫੇਰ ਕੇ ਉਹਨੂੰ ਖਤਮ ਕਰ ਦਿੱਤਾ ਗਿਆ ਤੁਸੀਂ ਸੋਚ ਰਹੇ ਹੋਵੋਗੇ ਮੈਂ ਪਿਛਲੀਆਂ ਗੱਲਾਂ ਅੱਜ ਕਿਉਂ ਛੇੜਦਾ ਪਿਆ ਅਸਲ ਤੇ ਸੰਗਤ ਜੀ ਮੈਂ ਸੋਚ ਕੇ ਹੈਰਾਨ ਆ ਕਿ ਦਰਬਾਰ ਸਾਹਿਬ ਦਾ ਮਾਡਲ ਹੀ ਕਿਉਂ ਇੰਨਾ ਲੋਕਾਂ ਨੂੰ ਬਣਾਣਾ ਜਾਂ ਸਿੱਖਾਂ ਨੂੰ ਛੇੜਨ ਦਾ ਇੱਕ ਤਰੀਕਾ ਨਜ਼ਰ ਆਉਂਦਾ ਵੇ ਹਰ 6 ਮਹੀਨੇ ਸਾਲ ਬਾਅਦ ਦਰਬਾਰ ਸਾਹਿਬ ਦੇ ਮਾਡਲ ਨੂੰ ਕਿਤੇ ਨਾ ਕਿਤੇ ਪੇਸ਼ ਕੀਤਾ ਜਾਂਦਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਹਰ ਬੰਧਾਰ ਸੱਚੀ ਜਾਣਦਾ ਹਰ ਬੰਦਾ ਜਾਣਦਾ ਕਿ ਸਿੱਖ ਜਿਹੜਾ ਉਹ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ ਮਗਰ ਆਪਣੇ ਧਰਮ ਦੇ ਉੱਤੇ ਅਟੈਕ ਬਰਦਾਸ਼ਤ ਨਹੀਂ ਕਰ ਸਕਦਾ ਪਿੱਛੇ ਤੁਸੀਂ ਮੇਰੇ ਨਵੀਂ ਤਸਵੀਰ ਦੇਖੋ ਇਹ ਤਸਵੀਰ ਤਾਜ਼ਾ ਤਾਜ਼ਾ 10 ਤਰੀਕ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੇਜ ਦੇ ਉੱਤੇ ਪਾਈ ਗਈ ਅਪਲੋਡ ਕੀਤੀ ਗਈ ਇੱਥੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਮੈਂ ਦੇਖਿਆ ਕਿ 10 ਤਰੀਕ ਨੂੰ ਐਕਸ਼ਨ ਲਿੱਤਾ ਗਿਆ 10 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਜੀ ਨੇ ਐਸਜੀਪੀਸੀ ਦੇ ਪੇਜ ਦੇ ਉੱਤੇ ਦਬਾ ਕੇ ਠੋਕ ਕੇ ਪੂਨੇ ਦੀ ਜਿਹੜੇ ਇੱਕ ਪੂਨੇ ਦੀ ਇੱਕ ਪੂਨੇ ਦੇ ਵਿੱਚ ਕੈਂਪ ਏਰੀਆ ਉਸ ਕੈਂਪ ਏਰੀਆ ਦੇ ਵਿੱਚ ਇਹ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਜਾ ਰਿਹਾ ਹੈ ਗਣਪਤੀ ਪੂਜਾ ਤੋਂ ਪਹਿਲਾਂ ਸੋਚਣ ਨੂੰ ਮਜਬੂਰ ਹੋ ਜਾਂਦਾ ਹਰ ਧਰਮ ਦਾ ਬੰਦਾ ਕਿ ਆਪਣੇ ਫੈਸਟੀਵਲ ਦੇ ਵਿੱਚ ਉਸ ਸਿੱਖਾਂ ਦੇ ਸਰਵੋੱਚ ਸਥਾਨ ਦੀ ਜਿੰਨੇ ਕੀ ਜਿਹੜਾ ਕੀ ਸਰਵੋੱਚ ਸਥਾਨ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਪਹਿਲੇ ਨੰਬਰ ਤੇ ਆ ਚੁੱਕਿਆ ਹਾਲਾਂਕਿ ਦਰਬਾਰ ਸਾਹਿਬ ਨੂੰ ਪਹਿਲੇ ਨੰਬਰ 10 ਨੰਬਰ ਦਾ ਕੋਈ ਨਹੀਂ ਫਰਕ ਪੈਣਾ ਉਹ ਵਾਕਈ ਇੱਕ ਦੁਨੀਆ ਦਾ ਅਜੂਬਾ ਜਿਹਦੇ ਵਿੱਚ ਕੀ ਕਦੀ ਵੀ ਭੇਦ ਭਾਵ ਨਹੀਂ ਕੀਤੇ ਜਾਂਦੇ ਧਰਮ ਦੇ ਔਰ ਲੱਖਾਂ ਦੇ ਹਿਸਾਬ ਨਾਲ ਸੰਗਤ ਉੱਥੇ ਦਰਸ਼ਨ ਕਰਨ ਪਹੁੰਚਦੀ ਏ ਸੰਗਤਾਂ ਦੀਆਂ ਮੁਰਾਦਾ ਵੀ ਪੂਰੀਆਂ ਹੁੰਦੀਆਂ ਉਹਦੇ باوجود ਵੀ ਜਦੋਂ ਉਸੇ ਧਰਮ ਸਥਾਨ ਨੂੰ ਠੇਸ ਪਹੁੰਚਾਈ ਜਾਂਦੀ ਏ ਕੋਈ ਨਾ ਕੋਈ ਪਾਲਸੀ ਚੱਲਦੀ ਏ ਕਿਸੇ ਨਾ ਕਿਸੇ ਏਜੰਸੀਆਂ ਦੇ ਕਹਿਨ ਤੇ ਜਾਂ ਉਹ ਸ਼ਰਾਰਤੀ ਲੋਕਾਂ ਦੇ ਕਹਿਣ ਦੇ ਉੱਤੇ ਇਹ ਘਟਨਾਵਾਂ ਕੀਤੀਆਂ ਜਾਂਦੀਆਂ ਨੇ ਸਿੱਖਾਂ ਹੰਦੇਓ ਛੇੜਿਆ ਜਾਂਦਾ ਸਿੱਖਾਂ ਨੂੰ ਚੈੱਕ ਕੀਤਾ ਜਾਂਦਾ ਕਿ ਇਹਨਾਂ ਵਿੱਚ ਕਰੰਟ ਹੈ ਜਾਂ ਨਹੀਂ ਹੈ ਜਿਹੜੇ ਮੇਰੇ ਵੀਰ ਵੇਰੀ ਵੀਡੀਓ ਵੇਖਦੇ ਪਏ ਨੇ ਖਾਸ ਕਰਕੇ ਉਹ ਵੀਰ ਜਿਹੜੇ ਕੀ ਇਲੈਕਟ੍ਰੀਸ਼ੀਅਨ ਦਾ ਕੰਮ ਜਾਣਦੇ ਨੇ ਬਿਜਲੀ ਦਾ ਕੰਮ ਜਾਣਦੇ ਨੇ ਬਿਜਲੀ ਦੀਆਂ ਤਾਰਾਂ ਹਮੇਸ਼ਾ ਜਦੋਂ ਗਲਤੀ ਨਾਲ ਹੱਥ ਲਗਾਓ ਤੇ ਇੱਕ ਕਰੰਟ ਦਾ ਝਟਕਾ ਲਗਾ ਕੇ ਉਹ ਪਿੱਛੇ ਛੱਡ ਦਿੰਦੀ ਨਾਲ ਲੇਕਿਨ ਉਹ ਹੀ ਬਿਜਲੀ ਦੇ ਤਾਰ ਨੂੰ ਜਦੋਂ ਕੋਈ ਵਾਰ-ਵਾਰ ਫੜਨ ਦੀ ਕੋਸ਼ਿਸ਼ ਕਰਦਾ ਨਾ ਤੇ ਫਿਰ ਉਹ ਬਿਜਲੀ ਛੱਡਦੀ ਨਹੀਂ ਹੈ ਫਿਰ ਉਹ ਆਪਣਾ ਕੰਮ ਕਰ ਜਾਂਦੀ ਹੈ ਬਿਲਕੁਲ ਇਸੇ ਤਰੀਕੇ ਨਾਲ ਸਿੱਖ ਕੋਮ ਹੈ ਸਿੱਖਾਂ ਕੋਮ ਦਾ ਟੈਸਟ ਕੀਤਾ ਜਾਂਦਾ ਸਿੱਖ ਕੋਮ ਦਾ ਕਿ ਇਹਨਾਂ ਵਿੱਚ ਕਰੰਟ ਹਲੇ ਹੈ ਜਾਂ ਨਹੀਂ ਹੈ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਖਾਸ ਕਰਕੇ ਆਪਣੀ ਇਸ ਪੂਨੇ ਦੀ ਵੀਡੀਓ ਕਰਕੇ ਜੋ ਕਮ ਪੂਨੇਰ ਵਿੱਚ ਪੂਨੇ ਕੈਂਪ ਏਰੀਆ ਵਿੱਚ ਇਹ ਪੰਡਾਲ ਬਣਾਇਆ ਗਿਆ ਇਸ ਪੰਡਾਲ ਤੇ ਨਜ਼ਰ ਰੱਖੀ ਜਾਵੇ ਔਰ ਇਸ ਪੰਡਾਲ ਨੂੰ ਡਿਸਟਰੋਏ ਕੀਤਾ ਜਾਵੇ ਕਿਉਂਕਿ ਐਡਵੋਕੇਟ ਧਾਮੀ ਸਾਹਿਬ ਨੇ ਵੀ ਇਹ ਚੀਜ਼ ਲਿਖ ਕੇ ਪਾਈ ਹੈ ਕਿ ਸਿੱਖਾਂ ਦੀ ਸੈਂਟੀਮੈਂਟਸ ਦਾ ਧਿਆਨ ਰੱਖਿਆ ਜਾਵੇ ਔਰ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਵਾਸਤੇ ਵੀ ਐਸਜੀਪੀਸੀ ਨੇ ਕਦਮ ਚੁੱਕਿਆ ਮੈਂ ਲੇਕਿਨ ਪੂਨੇ ਦੀ ਸੰਗਤ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਐਸਜੀਪੀਸੀ ਅਮਰitsar ਬੈਠੇ ਲੇਕਿਨ ਪੂਨੇ ਦੀ ਸੰਗਤ ਜਿਹੜੀ ਜਾਗਦੀ ਜ਼ਮੀਰ ਵਾਲੀ ਏ ਉਹ ਪੂਨੇ ਵਿੱਚ ਬੈਠੀ ਏ ਹੁਣ ਉਹਨਾਂ ਦਾ ਫਰਜ਼ ਏ ਕਿ ਇਸ ਪੰਡਾਲ ਦੇ ਉੱਤੇ ਕਿਸ ਤਰੀਕੇ ਨਾਲ ਇਲੈਕਸ਼ਨ ਲੈਣਾ ਹੈ ਜਾਂ ਕਿਸ ਤਰ੍ਹਾਂ ਇਹਨੂੰ ਉਥੋਂ ਰਿਮੂਵ ਕਰਾਣਾ ਹੈ ਇਹ ਹੁਣ ਪੂਨੇ ਦੀ ਸੰਗਤ ਆਪ ਡਿਸੀਜਨ ਲਵੇ ਸੰਗਤ ਨੂੰ ਬੇਨਤੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਪੂਨੇ ਦੇ ਮੋਬਾਈਲਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਇਸ ਪੰਡਾਲ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬੇਦਬੀ ਨਾ ਹੋ ਜੇ ਜਿਹੜੀ ਬੇਦਵੀ ਹੋਣ ਤੋਂ ਬਾਅਦ ਇੱਕ ਸੁਰਖੀਆਂ ਭਾਂਜਨ ਉਸ ਤੋਂ ਬਾਅਦ ਅਸੀਂ ਪਸਤਾਈਏ ਕਿ ਦਰਬਾਰ ਸਾਹਿਬ ਦੇ ਮਾਡਲ ਬਣਾ ਕੇ ਸਿੱਖ ਕੌਮ ਨਾਲ ੱੱੱਕਾ ਕਰ ਦਿੱਤਾ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ